ਪੰਜਾਬ ਵਿੱਚ ਕੋਲੇ ਦਾ ਰੇਟ ਵਧਣ ਕਰਕੇ ਇੱਟਾਂ ਦਾ ਜਿਹੜਾ ਭਾਅ ਹੈ 404500 ਰੁਪਏ ਤੋਂ ਵੱਧ ਕੇ 6500 ਦੇ ਕਰੀਬ ਚਲਾ ਗਿਆ ਜਿਸ ਤਰ੍ਹਾਂ ਹਾਲਾਤ ਕੋਲੇ ਦੇ ਰੇਟ ਵਧ ਰਹੇ ਨੇ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਇੱਟਾਂ ਦਾ ਭਾਅ ਜਿਹੜਾ ਬਹੁਤ ਜ਼ਿਆਦਾ ਵੱਧ ਵੱਧ ਰਿਹਾ ਹੈ ਤਾਂ ਮਕਾਨ ਮਾਲਕਾਂ ਨੂੰ ਮਕਾਨ ਪਾਉਣ ਵਾਸਤੇ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਇੰਨੀ ਮਹਿੰਗਾਈ ਜ਼ਿਆਦਾ ਹੋ ਗਈ ਹੈ ਕਿ ਉਹਨਾਂ ਨੂੰ ਇੱਟਾਂ ਦਾ ਭਾਅ ਇੰਨਾ ਵੱਧ ਗਿਆ ਹੈ ਕਿ ਉਹਨਾਂ ਨੂੰ ਮਕਾਨ ਪਾਉਣਾ ਵੀ ਬਹੁਤ ਔਖਾ ਹੋ ਪਿਆ ਤੁਹਾਨੂੰ ਤਸਵੀਰਾਂ ਦਿਖਾਉਂਦੇ ਆਂ ਅਸੀਂ ਇੱਕ ਪੱਠੇ ਦੇ ਖੜਿਆ ਜਿੱਥੇ ਕਿ ਕੱਚਾ ਮਾਲ ਹੈ ਜਿਹੜਾ ਤਿਆਰ ਕੀਤਾ ਹੋਇਆ ਇੱਟਾਂ ਕੱਚੀਆਂ ਤਿਆਰ ਕੀਤੀਆਂ ਹੋਈਆਂ ਨੇ ਕੋਲੇ ਕਰਕੇ ਸਿਰਫ ਸਭ ਤੋਂ ਵੱਡੀ ਦਿੱਕਤ ਆ ਰਹੀ ਹੈ ਵੀ ਇਹਨਾਂ ਨੂੰ ਪਕਾਉਣ ਵਾਸਤੇ ਕੋਲੇ ਦੀ ਲੋੜ ਹੈ ਪਰ ਕੋਲੇ ਦਾ ਰੇਟ ਹੈ ਜਿਹੜਾ 284% ਰੇਟ ਵਧ ਗਿਆ ਕਿਉਂਕਿ ਪਰਸੈਂਟੇਜ ਦੇ ਹਿਸਾਬ ਨਾਲ ਦੇਖੀ ਤਾਂ ਪਿਛਲੇ ਸਾਲ 650 ਰੁਪਏ ਟਨ ਜਿਹੜਾ ਕੋਲੇ ਦਾ ਰੇਟ ਸੀਗਾ ਹੁਣ ਕੋਲੇ ਦਾ ਰੇਟ ਇੰਨਾ ਜ਼ਿਆਦਾ ਵਧ ਗਿਆ ਕਿ ਪੱਠਾ ਮਾਲਕਾਂ ਨੂੰ ਕੋਲਾ ਲੈਣ ਲਈ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਸ਼ੀਨਾਂ ਵੀ ਤਿਆਰ ਕਰਵਾ ਰੱਖੀਆਂ ਪੂਰਾ ਮਟੀਰੀਅਲ ਤਿਆਰ ਕਰਵਾ ਰੱਖਿਆ ਲੇਬਰ ਬਿਲੀ ਬੈਠੀ ਹੈ ਅਸੀਂ ਜਿਹੜੇ ਪੱਠੇ ਮਾਲਕ ਨੇ ਜਾਂ ਇੰਡਸਟਰੀਆਂ ਵਾਲੇ ਨੇ ਪੱਠਿਆਂ ਵਾਲੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪੱਠੇ ਨਹੀਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿਉਂਕਿ ਪੱਠੇ ਬੰਦ ਪਏ ਨੇ ਤਿੰਨ ਚਾਰ ਦਿਨਾਂ ਤੋਂ ਇਹਨਾਂ ਨੇ ਪੱਠੇ ਜਿਹੜੇ ਪਿੱਛੇ ਦੀ ਸਟ੍ਰਾਈਕ ਵੀ ਕੀਤੀ ਹੈ ਤੇ ਉਹਨਾਂ ਨੇ ਬੰਦ ਵੀ ਰੱਖੇ ਆ ਪੱਠੇ ਲਗਾਤਾਰ ਇਹਨਾਂ ਦੇ ਬੰਦ ਰਹੇ ਨੇ ਸਮੱਸਿਆ ਬਹੁਤ ਆ ਰਹੀ ਹੈ ਲੇਬਰ ਬਿੱਲੀ ਬੈਠੀ ਆ ਸੀ ਜਿਹੜੇ ਲੇਬਰ ਦੇ ਨਾਲ ਨਾਲ ਲੇਬਰ ਨਾਲ ਵੀ ਗੱਲਬਾਤ ਕਰਾਂ ਕਿਉਂਕਿ ਲੇਬਰ ਵਾਲਿਆਂ ਨੂੰ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਪਹਿਲਾਂ ਲੇਬਰ ਨਾਲ ਹੀ ਗੱਲਬਾਤ ਕਰ ਲੈਣਾ ਕਿਉਂਕਿ ਲੇਬਰ ਨੂੰ ਕੀ ਕੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕੀ ਨਾਮ ਹੈ ਜੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਕਿਸ ਤਰ੍ਹਾਂ ਲੱਗ ਰਿਹਾ ਕਿਉਂਕਿ ਪੱਠੇ ਕੋਲੇ ਦਾ ਰੇਟ ਵਧਨ ਕਰਕੇ ਕਿੰਨੀਆਂ ਕਿ ਸਮੱਸਿਆ ਦਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਸਾਨੂੰ ਕੀ ਕੀ ਸਮੱਸਿਆ ਸਾਡਾ ਕੰਮ ਸਾਰਾ ਜਿਹੜਾ ਹੈਗਾ ਸੀਗਾ ਜੀ ਕਰਦੇ ਸੀਗੇ ਜੀ ਸਾਰਾ ਬੰਦ ਹੋ ਰਿਹਾ ਚੱਲ ਨਹੀਂ ਰਿਹਾ ਸਾਡੀ ਦਿਹਾੜੀ ਖੜੀ ਹੈਗੀ ਤੇ ਜਿਹੜੇ ਸਾਡੇ ਲੋਕਲ ਗੇੜੇ ਸੀ ਉਹ ਖੜੇ ਆ ਜੀ ਜਿਹੜੇ ਬਾਹਰ ਅੰਦਰ ਜਾਂਦੇ ਉਹ ਖੜੇ ਆ ਜੀ ਮਤਲਬ ਕਿ ਕੋਲੇ ਦਾ ਰੇਟ ਵਧਣ ਕਰਕੇ ਇੱਟਾਂ ਦਾ ਰੇਟ ਵਧ ਗਿਆ ਬਹੁਤ ਜ਼ਿਆਦਾ ਵੀ 6000 6500 ਨੂੰ ਇੱਟ ਕੌਣ ਲੈਣ ਰਿਹਾ ਜੀ ਕੋਈ ਨਹੀਂ ਲੈ ਰਿਹਾ ਹੈਗਾ ਹਰੇਕ ਬੰਦੇ ਦਾ ਨੱਕ ਮੋੜਿਆ ਪਿਆ ਵੀ ਗਵਰਨਮੈਂਟ ਨੇ ਹੁਣ ਕੋਲੇ ਦਾ ਰੇਟ ਤਾਂ ਵਧਾਇਆ ਜੀ ਨਾ ਲੇਬਰ ਕਣੀ ਦੇਖ ਰਹੀ ਹੈ ਉਹ ਨਾ ਕਿਸੇ ਆਪਣੇ ਆਮ ਇਨਸਾਨ ਕਣੀ ਜਿਹੜਾ ਇੱਟ ਖਰੀਦ ਰਿਹਾ ਜੀ ਇਹ ਜਿਹੜਾ ਕਿੰਨੀ ਕ ਲੇਬਰ ਹੈ ਜਿਹੜੀ ਪੱਠੇ ਦੇ ਉੱਤੇ ਕੰਮ ਕਰਦੀ ਸੀ ਕਿੰਨਿਆ ਕ ਨੂੰ ਪਰਿਵਾਰਾਂ ਨੂੰ ਜਿਹੜਾ ਅਸਰ ਪੈਂਦਾ ਨਜ਼ ਬਹੁਤ ਜ਼ਿਆਦੇ ਜੀ ਅਸੀਂ ਘਟੂ ਘਟੂਰੇ 60 70 ਜਣੇ ਕੰਮ ਕਰਦੇ ਆ ਜੀ ਜਿਹੜੇ ਤਕਰੀਬਨ ਅਸੀਂ ਆਉਣੇ ਆਗੇ 24 30 ਜਣੇ ਆਉਣੇ ਆਗੇ ਔਰ ਸਾਡੇ ਬਿਲਕੁਲ ਹੀ ਖਾਲੀ ਮੁੜ ਕੇ ਜਾਣੇ ਜੀ 30 ਰੁਪਏ 40 ਰੁਪਏ 50 70 ਵੱਧ ਤੋਂ ਵੱਧ 100 ਰੁਪਏ ਬਣਦਾ ਜੀ ਇਹਦੋਂ ਹੱਦ ਨਹੀਂ ਹੈਗਾ ਇਹ ਲੇਬਰ ਵਾਲੇ ਸੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਰੇਟ ਹੈ ਬਹੁਤ ਜ਼ਿਆਦਾ ਹੋਣ ਕਰਕੇ ਲੇਬਰ ਦੀ ਬੜੀ ਸਮੱਸਿਆ ਹੋ ਗਈ ਹੈ ਤਸਵੀਰਾਂ ਦਿਖਾਣੇ ਸਾਨੂੰ ਪੱਠੇ ਦੀਆਂ ਜਿਹੜਾ ਪੱਠੇ ਬੰਦ ਪਏ ਨੇ ਇਟਾਂ ਤਿਆਰ ਪਈਆਂ ਤਾਂ ਇਹਨਾਂ ਨੂੰ ਖਰੀਦਣ ਵਾਲਾ ਕੋਈ ਨਹੀਂ ਹੈਗਾ ਪੱਠੇ ਮਾਲਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਜਿਹੜੀ ਲੇਬਰ ਨੂੰ ਆ ਰਹੀ ਹੈ ਲੇਬਰ ਦੇ ਇੱਕ ਪੱਠੇ ਦੇ 60-70 ਪਰਿਵਾਰ ਹੈ ਜਿਹੜੇ ਕੰਮ ਕਰਦੇ ਹੁੰਦੇ ਆ ਤਾਂ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਹੈ ਸਾਡੇ ਨਾਲ ਇੱਥੇ ਜ਼ਿਲ੍ਹਾ ਸੰਗਰੂਰ ਦੇ ਜਿਹੜੇ ਆਗੂ ਨੇ ਪੱਠਾ ਐਸੋਸੀਏਸ਼ਨ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਲ ਕੁਮਾਰ ਦੀਪੂ ਹੈ ਜੀ ਦੀਪੂ ਕਿਸ ਤਰ੍ਹਾਂ ਦੇਖਦੇ ਹੋ ਕੌਲੇ ਦਾ ਰੇਟ ਵਧਿਆ ਇਟਾਂ ਮਹਿੰਗੀਆਂ ਕਰਨੀਆਂ ਪਈਆਂ ਤੁਹਾਨੂੰ ਕੀ ਕਾਰਨ ਕੀ ਹੈਗਾ ਕੋਲੇ ਦੇ ਰੇਟ ਵਧਣ ਨਾਲ ਹੀਟਾਂ ਦੀ ਪ੍ਰੋਡਕਸ਼ਨ ਜਿਹੜੀ ਜੀ ਜੋ ਅਸੀਂ ਕੱਚੀਆਂ ਇੱਟਾਂ ਤੁਹਾਨੂੰ ਦੇਖਿਆ ਹੋਊਗਾ ਸਟਾਕ ਦੇ ਵਿੱਚ ਵੀ ਪਈਆਂ ਨਹੀਂਆਂ ਕੋਲਾ ਨਾ ਆਉਣ ਕਾਰਨ ਹੀ ਇਹ ਪੱਕੀਆਂ ਨਹੀਂਆਂ ਕੋਲੇ ਦਾ ਰੇਟ ਹੀ ਇੰਨਾ ਵੱਧ ਗਿਆ ਵੀ ਅਸੀਂ ਅਸਮਰਥ ਹੋ ਗਏ ਕੋਲਾ ਲੈਣ ਤੋਂ ਜਿਹੜਾ ਕੋਲਾ ਪਹਿਲਾਂ 6500 ਰੁਪਏ ਟਨ ਆਉਂਦਾ ਸੀ 6500 ਤੋਂ 7000 ਰੁਪਏ ਟਨ ਆਉਂਦਾ ਸੀਗਾ ਅੱਜ ਉਹ 17 17500 ਰੁਪਏ ਟਨ ਹੋ ਗਿਆ ਜੀ ਤੇ ਬਾਕੀ ਕੈਰਜ ਜਿਹੜੀ ਉੱਤੇ ਹੈ ਅ ਤੂੰ ਲਗਭਗ ਬਾਕੀ ਜੋ ਲੇਬਰਾਂ ਦਾ ਰੇਟ ਹੈ ਉਹ ਵਧ ਕੇ ਵੀ ਕਟੋ-ਕਟ 14-1500 ਰੁਪਏ ਦੀ ਤੇਜ਼ੀ ਦਾ ਸਾਡੀ ਜਾਨੀ ਕਿ ਜੋ ਇੱਟ ਬਣ ਕੇ ਤਿਆਰ ਹੁੰਦੀ ਉਹਦੇ ਵਿੱਚ ਹੀ ਆ ਗਈ ਅਸੀਂ ਉਹਨੂੰ ਕਿਸ ਤਰੀਕੇ ਨਾਲ ਵੇਚਣ ਸਾਡੀਆਂ ਲਗਤਾਂ ਨਹੀਂ ਉਹ ਇੰਨੀਆਂ ਵੱਧ ਚੁੱਕੀਆਂ ਨਹੀਂ ਗਿਆ ਵੀ ਅਸੀਂ ਇਹ ਕੰਮ ਨੂੰ ਬੰਦ ਕਰਨ ਕਰਨੀ ਜਾ ਰਹੇ ਹਾਂ ਨਾ ਕਿ ਇਹਨੂੰ ਚਲਾਉਣ ਦੀ ਸੋਚ ਰਹੇ ਹਾਂ ਇਹਦੀ ਵਿਕਰੀ 'ਚ ਵੀ ਅਸਰ ਪਿਆ ਹੋਊਗਾ ਮਕਾਨ ਜਿਹੜੇ ਲੋਕ ਬਣਾ ਰਹੇ ਨੇ ਉਹਨਾਂ ਨੂੰ ਕਿੰਨੀ ਕੁ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਹਿਲਾਂ ਰੇਟ ਜਿਹੜਾ ਸੀਗਾ 4500 ਰੁਪਿਆ ਸੀਗਾ ਹੁਣ 6500 7000 ਦੇ ਲਵੇ ਜਾ ਚੁੱਕੇ ਦੇਖੋ ਜੀ ਇਹ ਤਾਂ ਹੁੰਦਾ ਹੀ ਆ ਵੀ ਜਦੋਂ ਕਿਸੇ ਚੀਜ਼ ਦੀ ਤੇਜ਼ੀ ਆਉਂਦੀ ਹੈ ਹਲ-ਚਲ ਪੂਰੀ ਮੱਚਦੀ ਆ ਚਲੋ ਜਿਸ ਬੰਦੇ ਕੋਲੇ ਜਿਸ ਨੇ ਵਧੀਆ ਕੋਈ ਮਕਾਨ ਕੋਈ ਚੰਗਾ ਬੰਦਾ ਹੈ बिजनेसमैन ਹੈ ਉਹ ਤਾਂ ਤੇਜ਼ੀ ਦੇ ਵਿੱਚ ਵੀ ਥੋੜਾ ਮੋਟਾ ਕਿਉਂ ਉਹਨਾਂ ਨੇ ਤਾਂ ਪਹਿਲਾਂ ਵੀ ਪੱਕੀਆਂ ਕੀਤੀਆਂ ਹੋਈਆਂ ਪਰ ਜੋ ਅੱਜ ਗਰੀਬ ਆਦਮੀ ਜਿਸ ਨੇ ਕੋਠਾ ਪਾਉਣਾ ਹੈ 4000 ਇੱਟ ਲਾਉਣੀਆਂ ਜਾਂ 2000 ਇੱਟ ਲਾਉਣੀਆਂ ਉਹਨੂੰ ਅੱਜ 9000 ਦਾ 14000 ਦੇਣਾ ਬਹੁਤ ਔਖਾ ਲੱਗਦਾ ਹੈ ਅਸੀਂ ਵੀ ਇਸ ਗੱਲ ਨੂੰ ਸੋਚਦੇ ਹਾਂ ਵੀ ਇਹ ਬਹੁਤ ਜ਼ਿਆਦਾ ਰੇਟ ਹੈ ਇਹ ਇੰਨੇ ਰੇਟ ਵੇਚ ਕੇ ਵੀ ਸਾਡੇ ਵੱਲੇ ਕੁਝ ਨਹੀਂ ਪੈ ਰਿਹਾ ਜੇ ਅਸੀਂ ਕਿ ਸਾਨੂੰ ਕੋਈ ਬੈਨੀਫਿਟ ਨਹੀਂ ਸਾਨੂੰ ਬੈਨੀਫਿਟ ਨਹੀਂ ਸਾਡੇ ਲਾਗਤ ਜਿੱਥੇ ਮੰਨ ਲਓ ਪਹਿਨਾ ਪੱਠਾ 1 ਕਰੋੜ ਨਾਲ ਚੱਲਦਾ ਸੀ ਅੱਜ ਉਹੀ ਪੱਠਾ 3 ਕਰੋੜ ਦੀ ਲਗਤ ਪਾਲਦਾ ਅਸੀਂ ਕਿੱਥੋਂ ਲਾਵਾਂਗੇ ਪੈਸੇ ਤੁਹਾਡੇ ਕੋਲੇ ਵੀ ਪੈਸੇ ਹੋਣ ਚਾਹੀਦੇ ਨਾ ਇਸ ਕਰਕੇ ਵੀ ਇਹ ਰੇਟ ਵਧਣਾ ਇੱਕ ਥਾਰਾ ਮੁੱਦੇ ਦਾ ਹੱਲ ਨਹੀਂ ਹੈ ਸਿਰਫ ਕੋਲ ਮਾਫੀਆ ਦੇ ਉੱਤੇ ਸਰਕਾਰ ਨੂੰ ਕੰਟਰੋਲ ਕਰਨਾ ਪਊ ਜਨਤਿਰ ਸਰਕਾਰ ਇਸ ਨੂੰ ਆਪਦੇ ਹੱਥਾਂ 'ਚ ਨਹੀਂ ਲੈਂਦੀ ਉਹਨਾਂ ਚ ਕੋਲਾ ਮਾਫੀ ਤੋਂ ਨਕੇਲ ਨਹੀਂ ਪਉਂਦੀ ਉਹਨਾਂ ਚ ਇਹ ਜਿਹੜਾ ਕੰਮ ਹੈ ਸੂਤ ਨਹੀਂ ਆਉਣਾ ਕਿਉਂਕਿ ਪਹਿਲਾਂ ਜਿਵੇਂ ਸਾਡਾ ਹਾਟੀ ਤੋਂ ਕੋਲਾ ਆਉਂਦਾ ਤੀਗਾ ਅਸਾਮ ਤੋਂ ਹਿੰਦੁਸਤਾਨੀ ਕੋਲਾ ਹੁਣ ਇਹ ਜਿਹੜਾ ਕੋਲਾ ਆਉਂਦਾ ਯੂ ਐਸ ਏ ਤੋਂ ਜੋ ਕਿ ਗੁਜਰਾਤ ਵਿਖੇ ਬੰਦਰਗਾਹ ਤੇ ਆਉਂਦਾ ਤੇ ਉੱਥੋਂ ਬਾਈ ਟ੍ਰਾਂਸਪੋਰਟ ਸਾਡੇ ਪੱਠਿਆਂ ਦੇ ਉੱਤੇ ਸਪਲਾਈ ਹੁੰਦਾ ਹੈ ਉਹਦੇ ਵਿੱਚ ਵੀ ਸਾਡੇ ਤੇ ਬਹੁਤ ਰਗੜਾ ਪੈ ਰਿਹਾ ਜਿਉਂ-ਜਿਉਂ ਤੇਜ਼ ਰੇਟ ਹੁੰਦਾ ਹੈਗਾ ਉਸੇ ਤਰੀਕੇ ਨਾਲ ਹੁਣ ਉੱਥੇ ਮਲਾਪਟ ਬਹੁਤ ਕਿਉਂ ਤੀਜੀ ਆ ਗਈ ਪਹਿਲਾਂ ਤਾਂ ਉੱਥੇ ਮਲਾਬਤ ਜਿਹੜੇ ਕੋਲੇ ਵਾਲੇ ਨੇ ਉਹ ਕਰਦੇ ਨੇ ਫੇਰ ਗਾਹਾਂ ਵਿੱਚ ਤੁਹਾਨੂੰ ਦੇਖਾਊਗਾ ਮੂਵੀਆਂ ਆਮ ਚੱਲਦੀਆਂ ਵਟਸਐਪ ਤੇ ਇਹ ਚੱਲਦੀਆਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਅਸੀਂ ਟਰੱਕ ਫੜਦੇ ਆ ਉਹ ਰਸਤੇ ਦੇ ਵਿੱਚ ਮਲਾਬਤ ਕਰਦੇ ਆ ਕਿਸੇ ਨੇ 5 ਟਨ ਕੋਲਾ ਵੇਚਦਾ ਕਹਿੰਨੇ 7 ਟਨ ਕੋਲਾ ਵੇਚਦਾ ਉਹ ਚ ਕੋਈ ਨਾ ਕੋਈ ਕਰੇ ਪੱਥਰ ਲਾ ਕੇ ਕਦੇ ਪਾਣੀ ਪਾ ਕੇ ਕਈ ਟਰੱਕ ਅਸੀਂ ਜਮੇ ਚੁੰਦੇ ਚੁੰਦੇ ਫੜੇ ਆ ਤੇ ਉਹ ਫਿਰ ਜਦੋਂ ਫੜਿਆ ਜਾਂਦਾ ਹੈਗਾ ਫਿਰ ਸਾਨੂੰ ਉਹਦੇ ਵਿੱਚ ਵੀ ਪਰੇਸ਼ਾਨੀ ਸਾਨੂੰ ਪਹਿਲਾਂ ਪਿਛਲੇ ਇਹ ਥੋੜੇ ਜਿਹੇ ਸਮੇਂ ਦੌਰਾਨ ਪਹਿਲੇ ਸੀਜ਼ਨ ਦੇ ਵਿੱਚ ਸਾਨੂੰ ਉਹ ਵੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿ ਸਾਨੂੰ ਉਹਦੇ ਵਾਸਤੇ ਵੀ ਸਾਨੂੰ ਮਦੀਨ ਮਿੱਟੀ ਹੋਣਾ ਪੈਂਦਾ ਜੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਮਦਦ ਲੈਨੇ ਆ ਉੱਥੇ ਵੀ ਸਾਨੂੰ ਨਮੋਸ਼ੀਏ ਚੱਲਣੀ ਪੈਂਦੀ ਹੈ ਕਰੇ ਵੀ ਸਾਨੂੰ ਕਿਉਂਕਿ ਪੱਠੇ ਵਾਲਾ ਇੱਕ ਖਰਬੂਜਾ ਸਾਡੇ ਪਾਸੇ ਦੇ ਚਾਰੇ ਪਾਸੇ ਛੁਰੀਆਂ ਲੱਗੀ ਹੋਈਆਂ ਨੇ ਜਿੱਦਨ ਮਰਜੀ ਡੇਗੀਏ ਸਾਡੇ ਦਾ ਵਧਣਾ ਹੈ ਕਹੇ ਜੀ ਸਾਨੂੰ ਗਵਰਨਮੈਂਟ ਵੱਡੋ ਕਹੇ ਜੀ ਸਾਨੂੰ ਕੋਲੇ ਵਾਲਾ ਵੱਡੋ ਇਹਨਾਂ 'ਚ ਮਾਰ ਪੈਂਦੀ ਐ ਜਾਂ ਪੱਠੇ ਵਾਲ ਨੂੰ ਲੇਬਰ ਨੂੰ ਧੰਗਾਕ ਨੂੰ ਸਾਡੇ ਨਾਲ ਹੁਣ ਵੀ ਮਾਲਕ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਜੀ ਤੁਹਾਡਾ ਹਿਮੰਤ ਜੈਨ ਜੀ ਕਿਸ ਤਰ੍ਹਾਂ ਦੇਖ ਰਿਹਾ ਹਾਂ ਕਿਉਂਕਿ ਜਿਵੇਂ ਰੇਟ ਵਧੇ ਜਾ ਰਹੇ ਐ ਤੁਹਾਡੇ ਕੋਲੇ ਇੱਟਾਂ ਬਣਾਉਣ ਦਾ ਵੀ ਕੰਮ ਘਟਿਆ ਹੋਣਾ ਕੋਲਾ ਕਿਉਂਕਿ ਆ ਨਹੀਂ ਰਿਹਾ ਪਿੱਛੋਂ ਜਾਂ ਤੁਸੀਂ ਲੈ ਨਹੀਂ ਰਹੇ ਰੇਟ ਵਧਨ ਕਰਕੇ ਕਿੰਨੀ ਕ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲਾਂ ਨਹੀਂ ਜੀ ਇਹਦੇ ਨਾਲ ਦੇਖੋ ਸਾਡੀ ਤਾਂ ਰੋਜੀ ਰੋਟੀ ਜੁੜੀ ਹੋਈ ਹੈ ਤੇ ਨਾਲ ਨਾਲ ਤਕਰੀਬਨ ਇੱਕ ਪੱਠੇ ਦੇ ਉੱਤੇ ਦੋ ਪਿੰਡਾਂ ਦੀ ਲੇਬਰ ਨੂੰ ਸਾਹਮਣੇ ਹੁੰਦਾ ਇੱਕ ਪੱਠੇ ਨੇ ਮੇਰਾ ਖਿਆਲ ਹੈ ਵੀ ਸਾਨੂੰ ਜਦੋਂ ਮੁਸ਼ਕਿਲ ਇੰਨੀ ਆ ਰਹੀ ਹੈ ਤਾਂ ਗਰੀਬ ਆਦਮੀ ਨੂੰ ਤਾਂ ਸਾਡੇ ਨਾਲੋਂ ਵੀ ਵੱਧ ਆਊਗੀ ਹੁਣ ਜਦੋਂ ਪ੍ਰੋਡਕਸ਼ਨ ਹੀ ਨਹੀਂ ਹੋ ਰਹੀ ਤਾਂ ਅਸੀਂ ਵੇਚਾਂਗੇ ਵੀ ਕੀ ਜੀ ਜਿਹੜਾ ਕੋਲੇ ਦਾ ਰੇਟ ਹੈ ਉਹ ਇੰਨਾ ਜ਼ਿਆਦਾ ਹੋ ਚੁੱਕਿਆ ਅਸੀਂ ਤਾਂ ਇਹੀ ਨਹੀਂ ਡਿਸੀਜਨ ਲੈ ਪਾ ਰਹੇ ਕਿ ਅਸੀਂ ਪੱਠਾ ਚਲਾਈਏ ਕਿ ਨਾ ਚਲਾਈਏ ਬਟ ਸਾਡੀ ਤਾਂ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜਦ ਤੱਕ ਕੋਲੇ ਨੂੰ ਆਪਦੇ ਹੱਥ ਦੇ ਵਿੱਚ ਲੈ ਕੇ ਉਹਨੂੰ ਕੰਟਰੋਲ ਰੇਟ ਤੇ ਸਾਨੂੰ ਪ੍ਰੋਵਾਈਡ ਕੀਤਾ ਜਾਵੇ ਅਗਰ ਸਰਕਾਰ ਇਹਦਾ ਨਹੀਂ ਕਰੂਗੀ ਤਾਂ ਅਗਰੇ ਪੱਠਾ ਇੰਡਸਟਰੀ ਬੰਦ ਹੁੰਦੀ ਆ ਤਾਂ ਇਹਦੇ ਨਾਲ ਇੱਕ ਸਮਾਜ ਦੇ ਵਿੱਚ ਹਾਹਾਕਾਰ ਪੈਦਾ ਹੋ ਜੂਗੀ ਜਿਸ ਨੂੰ ਕਿ ਸਰਕਾਰ ਵੀ ਕੰਟਰੋਲ ਕਰਨ ਦੇ ਵਿੱਚ ਅਸਮਰਥ ਹੋ ਜੂਗੀ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਇਹ ਪੱਠਾ ਮਾਲਕ ਸੰ ਜਿਨ੍ਹਾਂ ਨੇ ਦੱਸਿਆ ਗਿਆ ਜਿਹੜਾ ਕੋਲਾ ਮਾਫੀਆ ਹੈ ਉਹਦੇ ਸਰਕਾਰਾਂ ਨੱਥ ਪਾਉਣ ਤਾ ਜੋ ਜਿਹੜਾ ਪੱਠੇ ਦਾ ਇਟਾਂ ਦਾ ਰੇਟ ਆ ਉਹ ਘਟਕੀਤਾ ਜਾ ਸਕੇ ਤੇ ਆਮ ਲੋਕਾਂ ਨੂੰ ਵੀ ਰਾਹਤ ਮਿਲ ਸਕੇ ਕੈਮਰਾਮੈਨ ਮਨੋਜ ਦੇ ਨਾਲ ਅਨਿਲ ਜੈਨ ਜਗਵਨੀ ਟੀਵੀ ਸੰਗਰੂਰ